ਸਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਅਸੀਂ ਵੀ ਬਹੁਤ ਵਧੀਆ ਜੀ। ਬਲੌਗ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਜੀ, ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ। ਜਿਹੜੀਆਂ ਭੈਣਾਂ ਵੀਵਰਸ ਨਵੇਂ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਅਤੇ ਬੈੱਲ ਆਈਕਨ ਜ਼ਰੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅੱਜ ਆਪਾਂ ਨੂੰ ਅਚਾਨਕ ਜਾਣਾ ਪੈ ਗਿਆ ਜੀ ਹੋਸਪਿਟਲ, ਅਤੇ ਬਹੁਤ ਤਕਲੀਫ ਵੀ ਹੋਈ ਪਈ ਆ। ਅਤੇ ਮੈਂ ਸੋਚਿਆ ਨਾਲੇ ਇੰਨੀ ਬਹੁਤ ਜ਼ਿਆਦਾ ਤਕਲੀਫ ਆ, ਪਰ ਫਿਰ ਵੀ ਸੋਚਿਆ ਵੀ ਚਲੋ ਬਲੌਗ ਵੀ ਬਣਾ ਹੀ ਲੈਂਦੇ ਹਾਂ, ਤੁਹਾਨੂੰ ਵੀ ਦੱਸ ਦਿੰਦੇ ਹਾਂ ਵੀ ਕੀ ਤਕਲੀਫ ਹੋਈ ਪਈ ਹੈਗੀ। ਅਤੇ ਚਲੋ ਜੀ ਹੋਸਪਿਟਲ ਪਹੁੰਚ ਕੇ ਮਿਲਦੇ ਹੈਗੇ ਤੁਹਾਨੂੰ। ਆਪਾਂ ਨੂੰ ਜ਼ਿਲ੍ਹਾ ਮਾਨਸਾ ਲੱਗਦਾ, ਉੱਥੇ ਮਾਨਸਾ ਆਪਾਂ ਹੋਸਪਿਟਲ ਜਾ ਰਹੇ ਹੈਗੇ। ਚਲੋ ਜੀ ਮਿਲਦੇ ਹੈਗੇ। ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਮਾਨਸਾ। ਅਤੇ ਮਾਨਸਾ ਪਹੁੰਚ ਕੇ ਅੱਜ 15 ਅਗਸਤ ਸੀਗੀ, ਇਸ ਕਰਕੇ ਸਾਰੀਆਂ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਹੈਗੀਆਂ ਸੀ ਉਹ ਬੰਦ ਹੀ ਪਈਆਂ ਸੀਗੀਆਂ। ਅਤੇ ਆਪਾਂ ਜਿਹੜੇ ਚੱਲੇ ਸੀਗੇ ਹੱਡੀਆਂ ਦੇ ਡਾਕਟਰ ਕੋਲ, ਹੱਡੀਆਂ ਦੇ ਡਾਕਟਰ ਕੋਲ ਟੈਸਟ ਵਗੈਰਾ ਕਰਵਾਵਾਂਗੇ, ਫਿਰ ਹੀ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਹੋਈ ਹੋਈ ਹੈਗੀ। ਅਤੇ ਦੁਕਾਨਾਂ ਅੱਜ ਸਾਰੀਆਂ ਬੰਦ ਆ, ਬਹੁਤ ਸ਼ੀਡ ਸੀਗੀ ਕਿਉਂਕਿ ਅੱਜ 15 ਅਗਸਤ ਸੀ, ਇਸ ਕਰਕੇ ਜ਼ਿਆਦਾਤਰ ਬਾਜ਼ਾਰ ਜਿਹੜਾ ਬੰਦ ਹੀ ਸੀਗਾ, ਬਹੁਤ ਘੱਟ ਬਾਜ਼ਾਰ ਜਿਹੜਾ ਖੁੱਲ੍ਹਿਆ ਹੋਇਆ ਸੀ। ਅਤੇ ਆਪਾਂ ਪਹੁੰਚੇ ਜੀ ਡਾਕਟਰ ਦੇ ਕੋਲ, ਅਤੇ ਅੱਗੇ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ ਡਾਕਟਰ ਤਾਂ ਛੁੱਟੀ 'ਤੇ ਗਏ ਹੋਏ ਨੇ, ਉਹ ਡਾਕਟਰ ਸੀ ਜਿਹੜਾ ਡਾਕਟਰ ਸਾਹਿਬ ਉਹ ਹੈ ਨਹੀਂ ਸੀਗੇ। ਅਤੇ ਫਿਰ ਆਪਾਂ ਇੱਕ ਹੋਰ ਡਾਕਟਰ ਨੇ ਉੱਥੇ, ਫਿਰ ਆਪਾਂ ਉੱਧਰ ਨੂੰ ਚੱਲ ਪਏ ਜੀ। ਦੇਖਦੇ ਹਾਂ ਹੁਣ ਉਹ ਵੀ ਮਿਲਦੇ ਆ ਕਿ ਨਹੀਂ ਮਿਲਦੇ, ਵੀ ਪਹੁੰਚ ਕੇ ਹੀ ਪਤਾ ਲੱਗੂਗਾ। ਅਤੇ ਉੱਥੇ ਜਿਹੜੇ ਸਟਾਫ ਸੀ ਉਹ ਕਹਿੰਦੇ ਕਈ ਦਿਨਾਂ ਦੀ ਛੁੱਟੀ 'ਤੇ ਗਏ ਹੋਏ ਆ, ਤੁਸੀਂ ਸੋਮਵਾਰ ਨੂੰ ਆਇਓ, ਪਰ ਆਪਣੇ ਜਿਹੜੇ ਹਾਲਾਤ ਸੀ ਉਹ ਸੋਮਵਾਰ ਤੱਕ ਵੇਟ ਨਹੀਂ ਕਰ ਸਕਦੇ ਸੀਗੇ। ਅਤੇ ਆਪਾਂ ਦੂਸਰੇ ਹੋਸਪਿਟਲ 'ਚ ਫਿਰ ਪਹੁੰਚ ਗਏ, ਉੱਥੇ ਜਾ ਕੇ ਆਪਾਂ ਨੇ ਉਹਨਾਂ ਨੇ ਟੈਸਟ ਐਕਸਰੇ ਵਗੈਰਾ ਲਏ। ਐਕਸਰੇ ਵਗੈਰਾ ਲੈਣ ਤੋਂ ਬਾਅਦ ਆਪਾਂ ਨੂੰ ਉਹਨਾਂ ਨੇ ਦਿੱਤੀ ਹੈ ਜੀ ਦਵਾਈ, ਅਤੇ ਹੁਣ ਦੇਖਦੇ ਹਾਂ। ਹਾਂਜੀ ਆਪਾਂ ਵਾਪਸ ਆ ਗਏ ਹਾਂਗੇ, ਅਤੇ ਦਵਾਈ ਲੈ ਲਈ ਸੀਗੀ ਅਤੇ ਡਾਕਟਰ ਕਹਿੰਦਾ ਵੀ ਸੋ ਜਾਈ ਹੋਈ ਹੈਗੀ। ਅਤੇ ਆਹ ਪੱਟਾ ਲਾਇਆ ਗਾ ਉਹਨੇ, ਕਹਿੰਦਾ ਕੰਮ ਨਹੀਂ ਕਰਨਾ ਕੋਈ ਵੀ ਘਰੇ ਜਾ ਕੇ, ਅਤੇ ਹੁਣ ਦੇਖਦੇ ਹਾਂ ਕੰਮ ਕੌਣ ਕਰੂਗਾ ਘਰੇ ਅੱਜ, ਕੌਣ ਰੋਟੀ ਬਣਾਉਂਦਾ, ਕੌਣ ਭਾਂਡੇ ਮਾਂਜਦਾ ਗਾ। ਸਰਦਾਰਦੀ ਦੀ ਦਾਸ ਨਿਕਲਦੀ ਹੈ, ਉਹਨੂੰ ਐਵੇਂ ਵੀ ਤਾਂ ਮੈਨੂੰ ਮਾਂਜਰੇ ਬੈਠ ਗਏ, ਮਾਂਜਦਾ ਹੈ ਨਹੀਂ, ਪਰ ਉਹਨਾਂ ਨੂੰ ਲੱਗ ਰਿਹਾ ਵੀ ਮੈਥੋਂ ਮਜਵਾਊ ਭਾਂਡੇ। ਚਲੋ ਦੇਖਦੇ ਹਾਂ ਕੌਣ ਮਾਂਜਦਾ, ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਜੇ ਸਰਦਾਰਦੀ ਦੀ ਭਾਂਡੇ ਮਾਂਜੇ ਤਾਂ। ਹਾਂਜੀ ਆਪਾਂ ਘਰ ਆ ਗਏ ਹਾਂਗੇ, ਅਤੇ ਹੁਣ ਆਪਾਂ ਬਣਾਈ ਸੀਗੀ ਚਾਹ, ਚਾਹ ਪੀਣ ਲੱਗੇ ਸੀ। ਚਾਹ ਆਪਾਂ ਬੁਟੀਕ 'ਚ ਹੀ ਲੈ ਆਏ ਕਿਉਂਕਿ ਭੈਣ ਨੇ ਘਰ ਜਾਣਾ ਸੀਗਾ, ਭੈਣ ਘਰ ਚਲੀ ਗਈ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਨੇ, ਉਹਨਾਂ ਦੇ ਭੂਆ ਜੀ ਹੋਰੇ ਆਏ ਨੇ ਰੱਖੜੀ ਕਰਕੇ, ਅਤੇ ਉਹ ਘਰ ਚਲੇ ਗਏ, ਆਪਾਂ ਬੁਟੀਕ 'ਚ ਸੀਗੇ। ਅਤੇ ਚਲੋ ਫਿਰ ਸੋਚਿਆ ਨਾਲੇ ਬੈਠ ਕੇ ਚਾਹ ਪੀਂਦੇ ਹਾਂ, ਨਾਲੇ ਤੁਹਾਡੇ ਨਾਲ 2-4 ਗੱਲਾਂ ਹੋਰ ਕਰਦੇ ਹਾਂਗੇ। ਇਹ ਜਿਹੜੀ ਮੇਰੇ ਪੱਟੀ ਇਹਨਾਂ ਨੇ ਡਾਕਟਰ ਨੇ ਸੋਜ ਆਈ ਹੋਈ ਦੱਸਿਆ ਗਾ, ਇਹਦੇ ਵਿੱਚ ਪਤਾ ਕੀ, ਇਹ ਨਾ ਪਤਾ ਨਹੀਂ ਤਾਂ ਰਾਤ ਨੂੰ ਸੁੱਤੇ ਪਏ ਵੀ ਬਾਂਹ ਭਾਰ ਆ ਗਿਆ ਇਹਦੇ 'ਤੇ, ਤਾਂ ਕਰਕੇ ਸ਼ਾਇਦ ਵੀ ਹੋ ਰਿਹਾ, ਪਰ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਵੀ ਕਿਵੇਂ ਹੋਇਆ ਗਾ। ਕੋਈ ਸੱਟ ਵਗੈਰਾ ਬਿਲਕੁਲ ਵੀ ਨਹੀਂ ਵੱਜੀ ਹੈਗੀ, ਪਰ ਦਰਦ ਇਹਦੇ ਵਿੱਚ ਇੰਨਾ ਜ਼ਿਆਦਾ ਹੋ ਰਿਹਾ ਸੀਗਾ ਵੀ ਇੱਧਰ ਨੂੰ ਤਾਂ ਬੰਦਾ ਮਰੀ ਜਾਵੇ, ਪਰ ਇੰਨਾ ਜ਼ਿਆਦਾ ਦਰਦ ਸੀਗਾ। ਅਤੇ ਦੋ ਦਿਨ ਥੋੜ੍ਹਾ ਥੋੜ੍ਹਾ ਹੋਇਆ, ਕੱਲ੍ਹ ਸ਼ਾਮ ਜੇ ਨੂੰ ਬਾਹਲਾ ਜ਼ਿਆਦਾ ਦਰਦ ਹੋਣ ਲੱਗ ਗਿਆ। ਅਤੇ ਫਿਰ ਆਪਾਂ ਇੱਥੋਂ ਪਿੰਡ ਵਾਲੇ ਡਾਕਟਰ ਤੋਂ ਦਵਾਈ ਲੈ ਕੇ ਆਉਂਦੀ, ਉਹ ਕਹਿੰਦੇ ਵੀ ਪਿੰਡ ਵਾਲੇ ਡਾਕਟਰ ਵੀ ਕਹਿੰਦਾ ਵੀ ਮੇਰੇ ਖਿਆਲ 'ਚ ਤੁਸੀਂ ਵੀ ਸ਼ਹਿਰੋਂ ਦਵਾਈ ਲੈ ਕੇ ਆਉਣੀ ਚਾਹੀਦੀ ਤੁਹਾਨੂੰ। ਅਤੇ ਫਿਰ ਅਸੀਂ ਸੋਚਿਆ ਵੀ ਚਲੋ ਅੱਜ ਸ਼ਹਿਰ ਚੱਲਦੇ ਹਾਂਗੇ, ਅਤੇ
ਉਹਨਾਂ ਨੇ ਫਿਰ ਐਕਸਰੇ ਕੀਤੇ, ਐਕਸਰਿਆਂ ਦੇ ਵਿੱਚ ਆਇਆ ਗਾ ਵੀ ਸੋਜ ਸੀਗੀ, ਵੀ ਦੋ ਨਾੜਾਂ ਨੇ, ਦੋਨੇ ਨਾੜਾਂ ਨੂੰ ਸੋਜ ਆਈ ਹੋਈ ਹੈਗੀ, ਉਹਦੇ ਕਰਕੇ ਇਹ ਜਿਹੜਾ ਦਰਦ ਹੋ ਰਿਹਾ ਗਾ। ਅਤੇ ਹੁਣ ਉਹਨਾਂ ਨੇ ਰੈਸਟ ਲਈ ਕਿਹਾ ਗਾ। ਰੈਸਟ ਤਾਂ ਤੁਹਾਨੂੰ ਪਤਾ ਹੀ ਹੈ ਜੀ, ਆਪਾਂ ਰੈਸਟ ਕਿੱਥੇ ਹੁੰਦੀ ਹੈ ਆਪਾਂ ਤੋਂ, ਕਿਉਂਕਿ ਪਿੰਡਾਂ 'ਚ ਤਾਂ ਖਾਸ ਕਰਕੇ ਹੀ ਨਹੀਂ ਹੁੰਦੀ ਹੈਗੀ, ਕਿਉਂਕਿ ਇਕੱਲੇ ਇਕੱਲੇ ਜਾਣੀਆਂ ਨੇ, ਸਾਰਿਆਂ ਨੂੰ ਆਪੋ ਆਪਦੇ ਕੰਮਾਂ ਕਰਨੇ ਹੀ ਪੈਂਦੇ ਨੇ ਹਰ ਹਾਲਤ ਦੇ ਵਿੱਚ। ਬਾਕੀ ਸਾਡੇ ਕੋਈ ਹੋਰ ਹੈ ਨਹੀਂ ਗਾ, ਮੈਨੂੰ ਖੁਦ ਹੀ ਕੰਮ ਕਰਨਾ ਪੈਂਦਾ ਸਾਰਾ ਘਰ ਦਾ। ਅਤੇ ਬਾਕੀ ਸਿਰੇ ਜੇ ਬੱਚੇ ਵੀ ਕਰਵਾਉਂਦੇ ਨੇ ਨਾਲ, ਮੈਨੂੰ ਥੋੜ੍ਹਾ ਜਿਹਾ ਉਹਨਾਂ ਤੋਂ ਕੰਮ ਕਰਾਉਣਾ ਹੈ ਜੇ ਲੱਗਦਾ ਵੀ ਚੱਲ ਉਹਨੇ ਚਿਰ 'ਚ ਤਾਂ ਆਪ ਹੀ ਕਰ ਲਵਾਂਗੇ ਜਿੰਨੇ ਚਿਰ 'ਚ ਬੱਚਿਆਂ ਨੂੰ ਕਹਿੰਦੇ ਆ ਕੰਮ ਨੂੰ। ਬਾਕੀ ਉਹ ਟਿਊਸ਼ਨ ਵਗੈਰਾ ਚਲੇ ਜਾਂਦੇ ਨੇ, ਨਾ ਹੀ ਉਹਨਾਂ ਕੋਲ ਇੰਨਾ ਉਹ ਹੁੰਦਾ ਗਾ ਟਾਈਮ ਵੀ ਉਹ ਨਾਲ ਕੰਮ ਕਰਵਾ ਸਕਣ। ਅਤੇ ਹੁਣ ਮੈਂ ਸੋਚਿਆ ਚਲੋ ਦੋ ਚਾਰ ਗੱਲਾਂ ਕਰਕੇ ਤੁਹਾਡੇ ਨਾਲ ਕੁਛ ਟਾਈਮ ਕੋਸ਼ਿਸ਼ ਤਾਂ ਕਰਾਂਗੇ ਜੀ ਵੀ ਰੈਸਟ ਕਰਾਂਗੇ, ਵੀ ਨਹੀਂ ਬਾਹਲਾ ਜ਼ਿਆਦਾ ਕੰਮ ਨਹੀਂ ਕਰਦੇ ਹੈਗੇ, ਜਿੰਨੇ ਕੁ ਉਹਨਾਂ ਨਾਲ ਸਰਿਆ ਉਨਾ ਕੁ ਕਰ ਲਵਾਂਗੇ ਜਿੰਨੇ ਕੁ ਬਣਾ। ਅਤੇ ਬਾਕੀ ਝਾੜੂ ਵਗੈਰਾ ਪੋਚੇ ਵਗੈਰਾ ਆ ਚਲੋ ਇੱਕ ਅੱਧਾ ਦਿਨ ਨਾ ਲਾਵਾਂਗੇ। ਅਤੇ ਹੋਰ ਜੀ ਇੱਕ ਆਪਾਂ ਮੈਂ ਆਪਣੇ ਆਪ ਨਾਲ ਚੈਲੰਜ ਲਿਆ ਗਾ ਵੀ ਮੈਂ ਹਰ ਰੋਜ਼ ਵੀਡੀਓ ਪਾਇਆ ਕਰੂੰਗੀ। ਅਤੇ ਤੁਹਾਨੂੰ ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਜੀ ਸਪੋਰਟ ਜ਼ਰੂਰ ਕਰਿਓ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਮੈਂ ਡੇਲੀ ਹੀ ਕੋਸ਼ਿਸ਼ ਕਰੂੰਗੀ, ਮੈਂ ਡੇਲੀ ਵੀਡੀਓ ਪਾਇਆ ਕਰੂੰ ਮੈਥੋਂ ਡੇਲੀ ਵੀਡੀਓ। ਮੈਨੂੰ ਔਖਾ ਜਿਹਾ ਲੱਗਦਾ ਡੇਲੀ ਵੀਡੀਓ ਬਣਾਉਣੀ, ਬਣਦੀ ਨਹੀਂ ਹੈਗੀ ਯਾਨੀ ਕਿ, ਅਤੇ ਹੁਣ ਮੈਂ ਡੇਲੀ ਵੀਡੀਓ ਪਾਇਆ ਹੀ ਕਰੂੰਗੀ। ਅਤੇ ਆਪਣਾ ਜਿਹੜੀ ਵੀਡੀਓ ਆ ਉਹ ਸ਼ਾਮ ਦੇ 6 ਵਜੇ ਆਇਆ ਕਰੂਗੀ। ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਜੀ ਆਪਣਾ ਬਲੌਗ ਨੂੰ ਜ਼ਰੂਰ ਸਪੋਰਟ ਕਰਿਆ ਕਰਿਓ, ਅਤੇ ਵੀ ਲਾਈਕ ਕਮੈਂਟ ਕਰਕੇ ਦੱਸਿਆ ਕਰਿਓ ਵੀ ਤੁਹਾਨੂੰ ਮੇਰੀ ਵੀਡੀਓ ਆ ਜਿਹੜੀ ਉਹ ਕਿੱਦਾਂ ਲੱਗੀ। ਜੇ ਤੁਸੀਂ ਮੈਨੂੰ ਕਮੈਂਟ ਕਰੋਗੇ ਜਾਂ ਮੈਨੂੰ ਲਾਈਕ ਕਰੋਗੇ ਤਾਂ ਹੀ ਮੈਨੂੰ ਪਤਾ ਲੱਗੂਗਾ ਵੀ ਹਾਂ ਤੁਸੀਂ ਮੇਰੇ ਨਾਲ ਸਪੋਰਟ ਕਰ ਰਹੇ ਹੋਗੇ। ਅਤੇ ਚਲੋ ਜੀ ਮਿਲਦੇ ਆਂਗੇ ਹੁਣ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।